ਪਰੰਤੂ ਤੁਹਾਨੂੰ ਦੱਸਿਆ ਸੀ ਕਿ ਅਸੀਂ ਗੱਲਬਾਤ ਕਰਾਂਗੇ ਸਕਾਈ ਇਮੀਗ੍ਰੇਸ਼ਨ ਤੋਂ ਅਮਰਦੀਪ ਹੁਣਾਂ ਦੇ ਨਾਲ ਤੇ ਸਟੂਡੀਓ ਪਹੁੰਚ ਚੁੱਕੇ ਨੇ ਕੁਝ ਗੱਲਬਾਤ ਅਸੀਂ ਕਰਾਂਗੇ ਇਮੀਗ੍ਰੇਸ਼ਨ ਬਾਰੇ ਜੋ ਨਵੇਂ ਕਾਨੂੰਨ ਉਸ ਬਾਰੇ ਅਸੀਂ ਗੱਲਬਾਤ ਕਰਾਂਗੇ ਅਮਰਦੀਪ ਜੀ ਸਾਝਾ ਪੰਜਾਬ ਦੇ ਜੀ ਆਨ ਸਤਿ ਸ਼ਕਾਲ ਗੁੱਡ ਮਾਰਨਿੰਗ ਸਤਿ ਸ਼ਕਾਲ ਬਾਪ ਜੀ ਤੁਹਾਨੂੰ ਦੇਖਣ ਵਾਲੇ ਸਾਰਿਆਂ ਸਰੋਤਿਆਂ ਨੂੰ ਸਤਿ ਸ਼ਕਾਲ ਜੀ ਥੋੜੀ ਗੱਲਬਾਤ ਕਰੀਏ ਸਕਾਈ ਇਮੀਗ੍ਰੇਸ਼ਨ ਦੀ ਕਿ ਤੁਹਾਡਾ ਜਿਹੜਾ ਆਫਿਸ ਕਿੱਥੇ ਹੈ ਤੇ ਲੋਕ ਤੁਹਾਡੇ ਨਾਲ ਕਿੰਨਾ ਕਾਉਂਟਰਡ ਕਰ ਸਕਦੇ ਨੇ ਉਸ ਤੋਂ ਬਾਅਦ ਮੈਂ ਕੁਝ ਸਵਾਲ ਤੁਹਾਨੂੰ ਕਰਾਂਗਾ ਹਾਂ ਜੀ ਸਾਡਾ ਆਫਿਸ ਜੀ ਬਿਲਕੁਲ ਮਿਸਿਸ ਸਾਗਾ ਦੇ ਬ੍ਰਾਮਟਨ ਦੇ ਨੁਕਰ ਦੇ ਉੱਤੇ ਟੋਰਾਂਟੋ ਦੇ ਵਿੱਚ ਪੈਂਦਾ ਹੈ 7003 ਸਟੀਲਸ ਐਵੇਨਿਊ ਵੈਸਟ ਯੂਨੀਅਨ ਨੰਬਰ 5 ਸੋ ਤੁਸੀਂ ਸਾਡੇ ਆਫਿਸ ਲਾਈਨ ਤੇ 416 674 0000 'ਤੇ ਤੁਸੀਂ ਕਾਲ ਕਰਕੇ ਅਪਾਂਡ ਬਣਾ ਕੇ ਮਿਲ ਸਕਦੇ ਹੋ ਪਿਛਲੇ ਦਿਨੀ ਇਮੀਗ੍ਰੇਸ਼ਨ ਮਿਨਿਸਟਰ ਨੇ ਜਿਹੜਾ ਕਿਹਾ ਕਿ ਲੋਟਰੀ ਸਿਸਟਮ ਪੀਰੈਂਟਸ ਨੂੰ ਸਪான்ਸਰ ਕਰਨ ਵਾਸਤੇ ਹਾਂਜੀ ਬਹੁਤ ਸਾਰੇ ਲੋਕਾਂ ਨੂੰ ਇਸ ਵਾਰ ਜਿਹੜੀ ਪ੍ਰੋਪਰ ਜਾਣਕਾਰੀ ਨਹੀਂ ਹੈ ਕਿ ਇਸ ਬਾਰੇ ਥੋੜੀ ਜਾਣਕਾਰੀ ਦਿਓ ਕਿ ਲੋਟਰੀ ਸਿਸਟਮ ਦੇ ਵਿੱਚ ਕਿੰਨੀਆਂ ਕਿ ਐਪਲੀਕੇਸ਼ਨਾਂ ਮਨਜ਼ੂਰ ਹੋਣਗੀਆਂ ਕਿੰਨੇ ਲੋਕ ਅਪਲਾਈ ਕਰਨਗੇ ਕਿਸ ਤਰ੍ਹਾਂ ਅਪਲਾਈ ਕੀਤਾ ਜਾ ਸਕਦਾ ਸਰਕਾਰ ਨੇ ਜੀ ਜਿਹੜੇ ਪੇਰੈਂਟਸ ਗ੍ਰੈਂਡਪੇਰੈਂਟਸ ਦਾ ਪ੍ਰੋਗਰਾਮ ਸੀਗਾ ਜਿਹੜਾ ਜਨਵਰੀ 2019 ਤੋਂ ਬਾਅਦ ਐਸ 1 ਅਪ੍ਰੈਲ 2020 ਦੇ ਵਿੱਚ ਨਿਕਲਣਾ ਸੀ ਜੀ ਸੋ ਕੋਵਿਡ ਦੇ ਕਾਰਨ ਉਹਨੂੰ ਲੇਟ ਕਰ ਦਿੱਤਾ ਗਿਆ ਸੋ ਉਸ ਤੋਂ ਬਾਅਦ ਹੁਣ ਜਿਹੜਾ ਹੈ ਪ੍ਰੋਗਰਾਮ ਹੈਗਾ 13 ਅਕਤੂਬਰ ਨੂੰ ਖੁੱਲਣਾ ਸੋ 13 ਅਕਤੂਬਰ ਤੋਂ ਲੈ ਕੇ 3 ਨਵੰਬਰ ਤੱਕ ਦਾ ਹੈਗਾ ਸੋ ਐਤਕੀ ਪਿਛਲੀ ਵਾਰ ਵਾਂਗ ਨਹੀਂ ਹੈਗਾ ਵੀ ਤੁਸੀਂ 10 ਮਿੰਟਾਂ ਦੇ ਵਿੱਚ ਲੋਟਰੀਆਂ ਭਰ ਜਾਣਗੇ ਜਾਂ 15 ਮਿੰਟ ਦੇ ਵਿੱਚ ਸੋ 3 ਹਫ਼ਤੇ ਖੁੱਲਾ ਰਹੇਗਾ ਪ੍ਰੋਗਰਾਮ ਸੋ ਉਹਦੇ ਵਿੱਚ ਤੁਸੀਂ ਆਪ ਦੀ ਅ ਜਨਰਲਸੀ ਐਕਸਪ੍ਰੈਸ਼ਨ ਆਫ ਇੰਟਰਸਟ ਅਗੇਨ ਆ ਤੁਸੀਂ ਉਹ ਸਬਮਿਟ ਕਰਨਾ ਹੈ ਉਸ ਤੋਂ ਬਾਅਦ ਸਰਕਾਰ ਨੇ ਤੁਹਾਨੂੰ 10000 ਤੋਂ ਹੋ ਸਕਦਾ ਪਿਛਲੀ ਵਾਰ ਵੀ ਵਧ ਦਿੱਤੀਆਂ ਸੀ ਆ ਲਾਟਰੀਆਂ ਦੇ ਵਿੱਚ ਨਾ ਕੱਢੇ ਸੀ ਸੋ ਜੇ ਇਸ ਵੇਲੇ 10000 ਜਿਹੜੀ ਉਹਨਾਂ ਨੇ ਕਹਿ ਆ ਵੀ ਜੇ ਸੀ ਤੁਹਾਨੂੰ 10000 ਲਾਟਰੀਆਂ ਚ ਨੰਬਰ ਕੱਢਾਂਗੇ ਸੋ ਤੁਸੀਂ ਜੇ ਤੁਹਾਨੂੰ ਲਾਟਰੀ ਚ ਨਾ ਆਉਂਦਾ ਤਾਂ ਤੁਸੀਂ ਆਪਣੇ ਮਾਪੇ ਬਾਪ ਨੂੰ ਸਪான்ਸਰ ਕਰ ਸਕਦੇ ਹੋ ਪੀਆਰ ਦਿੱਤਾ ਹੈ ਐਪਲੀਕੇਸ਼ਨਾਂ ਤਾਂ ਜਿਹੜੇ ਲੋਕ ਅਪਲਾਈ ਕਰਨ ਵਾਲੇ ਤਾਂ ਬਹੁਤ ਹੋਣਗੇ ਮੇ ਵੀ ਮੋਰ ਦਨ 100000 ਹਾਂਜੀ ਸੋ ਇਹੀ ਹੈ ਜੀ ਹੁਣ ਲਾਟਰੀ ਸਿਸਟਮ ਹੈਗਾ ਸੋ ਸਰਕਾਰ ਨੇ ਜਦੋਂ ਪਿਛਲੀ ਵਾਰ ਵੀ 10000 ਕਹਿ ਕੇ 15000 ਲੋਕਾਂ ਨੂੰ ਸੱਦਿਆ ਸੀਗਾ ਸੋ ਹੋ ਸਕਦਾ ਜੀ ਐਤਕੀ ਵੀ ਵਧਾ ਦੇਣ ਤੁਸੀਂ ਇਸ ਨੂੰ ਕਿਸ ਤਰ੍ਹਾਂ ਲੈਣਾ ਚਾਹੁੰਦੇ ਹੋ ਜੇ ਲੈਟਸ ਸੇ 1 ਲੱਖ ਲੋਕਾਂ ਤੋਂ ਵੱਧ ਲੋਕਾਂ ਨੇ ਐਪਲੀਕੇਸ਼ਨਾਂ ਦਿੱਤੀਆਂ ਤੇ 10000 ਲੋਕਾਂ ਨੂੰ ਜੈਸ ਹੋਈ ਤੇ ਬਾਕੀ ਦਾ 90000 ਕਿੱਥੇ ਜਾਏਗਾ ਉਹਨਾਂ ਦੀ ਅਗਲੀ ਵਾਰੀ ਟਰਨ ਆਵੇਗੀ ਜੀ ਹਾਂਜੀ ਅਗਲੀ ਵਾਰੀ ਟਰਨ ਆਵੇਗੀ ਜੀ ਸੋ ਜੋ ਸਰਕਾਰ ਦੀ ਸਿਸਟਮ ਤੁਸੀਂ ਆਪਣੀ ਜਗ੍ਹਾ ਨਾਲ ਕਿੱਦਾਂ ਦੇਖਦੇ ਹੋਵੇ ਠੀਕ ਹੈ ਸਿਸਟਮ ਆ ਜਾਂ ਨਹੀਂ ਠੀਕ ਵੇਖੋ ਜੀ ਚਾਹੀਦਾ ਇਹੀ ਹੈ ਵੀ ਸਾਰੇ ਜਿਹੜੇ ਪਰਿਵਾਰ ਨੇ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਸੋ ਜੇ ਹੁਣ ਸਰਕਾਰ ਦੀਆਂ ਜੋ ਹਦਾਇਤਾਂ ਨੇ ਉਹਦੇ ਹਿਸਾਬ ਨਾਲ ਚੱਲਣਾ ਹੀ ਪੈਣਾ ਤੇ ਜਸ ਵਿਕਤੀ ਨੇ ਅਪਲਾਈ ਕਰਨਾ ਹੈ ਹਾਂ ਜੀ ਐਪਲੀਕੇਸ਼ਨ ਪਾਉਣ ਵੇਲੇ ਬਹੁਤ ਸਾਰੇ ਲੋਕ ਕਹਿੰਦੇ ਕਿ ਕੋਈ ਗੱਲ ਨਹੀਂ ਕਿ ਸੇ ਇਮੀਗ੍ਰੇਸ਼ਨ ਵਾਇਦੇ ਕੀ ਸਲਾਹ ਲੈਣੀ ਹੈ ਹਾਂਜੀ ਆਪੇ ਹੀ ਭਰ ਕੇ ਭੇਜ ਦਿਓ ਦੇਖੋ ਜੀ ਇੱਕ ਫਾਰਮੈਟ ਹੈਗਾ ਜਿਹੜੀ ਕਨੇਡੀਅਨ ਇਮੀਗ੍ਰੇਸ਼ਨ ਦੀ ਵੈਬਸਾਈਟ ਹੈਗੀ ਹੈ ਜੇ ਤੁਸੀਂ ਉਹਦੇ ਤੋਂ ਨਾਲੋਂ ਕਾਫੀ ਜਾਣਕ ਹੈਗੇ ਹੋ ਜੇ ਤੁਸੀਂ ਉਸ ਚੀਜ਼ ਨੂੰ ਜਾਣਦੇ ਹੋ ਚੰਗੀ ਤਰ੍ਹਾਂ ਤਾਂ ਤੁਸੀਂ ਆਪ ਹੀ ਕਰ ਸਕਦੇ ਹੋ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਲੇਕਿਨ ਜੇ ਤੁਹਾਨੂੰ ਕਿਤੇ ਵੀ ਕੋਈ ਵੀ ਉਹਦੇ ਵਿੱਚ ਕਨਫਿਊਜ਼ਨ ਹੈ ਵੀ ਉਹਦੇ ਵਿੱਚ ਜਿਹੜੇ ਸਵਾਲ ਨੇ ਤੁਹਾਨੂੰ ਉਹਨਾਂ ਸਵਾਲਾਂ ਦਾ ਸਹੀ ਜਵਾਬ ਨਹੀਂ ਪਤਾ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਅਸੀਂ ਤੁਹਾਡੀ ਜਿਹੜੀ ਐਕਸਪ੍ਰੈਸ਼ਨ ਆਫ ਇੰਟਰਸਟ ਦੇ ਵਿੱਚ ਮਦਦ ਕਰਦੇ ਆ ਸੋ ਜਿਸ ਲਈ ਤੁਹਾਨੂੰ ਉਹਦੇ ਵਿੱਚ ਚੂਜ਼ ਕੀਤਾ ਜਾਂਦਾ ਤਾਂ ਤੁਹਾਡੀ ਜਿਹੜੀ ਐਪਲੀਕੇਸ਼ਨ ਹੈ ਉਹ ਵੀ ਸਕਾਈ ਮੈਰਿਟ ਦੇ ਦਫਤਰ ਪਰੋਂ ਸਬਮਿਟ ਹੋਵੇਗੀ ਓਕੇ ਇਸ ਦੀ ਡੈਡ ਲਾਈਨ ਕਾ ਦੋਆ ਇਹ ਜਿਹੜੀ 13 ਅਕਤੂਬਰ ਨੂੰ ਸਟਾਰਟ ਹੋਣੀ ਹੈ ਜੀ 12 ਵਜੇ ਉਹਨਾਂ ਨੇ ਆਪਣਾ ਲਿੰਕ ਪਾਉਣਾ ਹੈ ਸੀਆਈਸੀ ਦੀ ਵੈਬਸਾਈਟ ਦੇ ਉੱਤੇ ਸੋ 3 ਨਵੰਬਰ ਤੱਕ ਇਹ ਖੁੱਲਾ ਰਹੇਗਾ ਸੋ ਤੁਸੀਂ ਉਹਦੇ ਵਿੱਚ ਐਨੀ ਟਾਈਮ ਤੁਸੀਂ ਐਕਸਪ੍ਰੈਸ਼ਨ ਆਫ ਇੰਟਰਸਟ ਪਾ ਸਕਦੇ ਹੋ ਸੋ ਪ੍ਰਾਂਤ ਜਿਸ ਲਈ 3 ਨਵੰਬਰ ਤੋਂ ਬਾਅਦ ਸਰਕਾਰ ਥੋੜੇ ਸਮੇਂ ਬਾਅਦ ਤੁਹਾਨੂੰ ਦੱਸੇਗੀ ਵਿਥਿਨ 60 ਡੇਜ਼ ਦੇ ਵਿੱਚ ਵੀ ਤੁਹਾਡ ਕੁਆਲੀਫਿਕੇਸ਼ਨ ਕੀ ਚਾਹੀਦੀਆਂ ਨੇ ਜੇਸ ਫੈਮਿਲੀ ਨੇ ਐਪਲੀਕੇਸ਼ਨ ਭਰਨੀ ਹੈ ਸਰਕਾਰ ਨੇ ਜੀ ਕਿਉਂਕਿ ਇਹ ਪ੍ਰੋਗਰਾਮ ਸਰਕਾਰ ਦੇ ਸਾਲ ਦੇ ਅੰਤ ਦੇ ਵਿੱਚ ਆਉਣ ਕਰਕੇ ਜਿਹੜਾ ਪ੍ਰੋਗਰਾਮ ਹੋਵੇਗਾ ਐਪਲੀਕੇਸ਼ਨ ਆ 2021 ਦੇ ਵਿੱਚ ਲੱਗਣਗੇ ਸੋ ਤੁਹਾਡੀ 2018 ਦੀ 19 ਦੀ ਤੇ 2020 ਦੀ ਜਿਹੜੀ ਇਨਕਮ ਹੋਵੇਗੀ ਉਹ ਕਾਊਂਟ ਹੋਵੇਗੀ ਇਹਦੇ ਵਿੱਚ ਓਕੇ ਹਾਂ ਜੀ ਇਸ ਨਾਲ ਨਾ ਬਹੁਤ ਸਾਰੇ ਲੋਕ ਜਦੋਂ ਇੱਥੇ ਆ ਆ ਗਏ ਇੱਥੇ ਪਹੁੰਚ ਗਏ ਉਹਨਾਂ ਨੂੰ ਕਿਸੇ ਨੇ ਕਹਿ ਦਿੱਤਾ ਕਿ ਤੈਨੂੰ ਹੁਣ ਵਾਪਸ ਜਾਣਾ ਪੈਣਾ ਅੱਛਾ ਜੀ ਜੇ ਕਿਸੇ ਵਿਅਕਤੀ ਜਿਹੜਾ ਵਿਜ਼ਟਰ ਇੱਥੇ ਆਇਆ ਹੋਇਆ ਐਲ ਐ ਐ ਉਹ ਉਹ ਵਿਅਕਤੀ ਅਪਲਾਈ ਕਰਨ ਨੂੰ ਕੀ ਕੁਝ ਕਰਨਾ ਚਾਹੀਦਾ ਦੇਖੋ ਜੀ ਜਿਹੜੀ ਐਲ ਐਮ ਆਈ ਹੁੰਦੀ ਹੈ ਇਹ ਕੰਪਲੈਅਰ ਨੇ ਅਪਲਾਈ ਕਰਨੀ ਹੁੰਦੀ ਹੈ ਵਿਸਟਰ ਨੇ ਨਹੀਂ ਕਰਨੀ ਹੁੰਦੀ ਸੋ ਜੇ ਉਹਨਾਂ ਦੇ ਕੋਲ ਕੋਈ ਵੀ ਇੰਪਲੋਇਰ ਹੈਗਾ ਵੀ ਜਿਹੜਾ ਉਹਨਾਂ ਨੂੰ ਅੱਜ ਉੱਥੇ ਉਹਨਾਂ ਦੀ ਯੋਗਤਾ ਦੇ ਅਨਸਾਰ ਉਹਨਾਂ ਨੂੰ ਉਸ ਕੰਮੇ ਦੀ ਲੋੜ ਹੈ ਤਾਂ ਉਹ ਉਹਨਾਂ ਵਾਸਤੇ ਕਰ ਸਕਦਾ ਹੈ ਸੋ ਹੁਣ ਜਿਹੜੀ ਸਰਕਾਰ ਨੇ ਇੱਕੋ ਹੀ ਤਬਦੀਲੀ ਲੈ ਕੇ ਦਿੱਤੀ ਹੈ ਵੀ ਜਿਹੜੇ ਵਿਜ਼ਟਰ ਹੁੰਦੇ ਸੀਗੇ ਪਹਿਲਾਂ ਤੁਹਾਨੂੰ ਬਾਰਡਰ ਤੇ ਜਾਣ ਦੀ ਜ਼ਰੂਰਤ ਹੁੰਦੀ ਸੀ ਐਲ ਐਮ ਆਈ ਲੈ ਕੇ ਹੁਣ ਤੁਸੀਂ ਆਨਲਾਈਨ ਐਪਲੀਕੇਸ਼ਨ ਲਾ ਸਕਦੇ ਹੋ ਸੋ ਜਿਹੜੀ ਡਿਫਰੈਂਸ ਆ ਸਰਕਾਰ ਵੱਲੋਂ ਇਹੀ ਆਈ ਹੋਈ ਹੈ ਸੋ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਵੀ ਕੋਈ ਵਿਜ਼ਟਰ ਆਇਆ ਵੀ ਇੱਥੇ ਜੋਬ ਲੈਟਰ ਲੈ ਲੇ ਜੋਬ ਲੈਟਰ ਦਾ ਦੂਸਰਾ ਮਤਲਬ ਐਲ ਐਮ ਆਈ ਇਹੀ ਹੈਗਾ ਸੋ ਜਿਹੜਾ ਪ੍ਰੋਸੈਸ ਪਹਿਲਾਂ ਚੱਲਦਾ ਹੁੰਦਾ ਸੀਗਾ ਉਹੀ ਹੈ ਬਸ ਇਹਦੇ ਵਿੱਚ ਇਹੀ ਤੁਹਾਨੂੰ ਸਹੂਲਤ ਦਿੱਤੀ ਗਈ ਹੈ ਵੀ ਕਿਉਂਕਿ ਪਹਿਲਾਂ ਵਿਜ਼ਟਰ ਨੂੰ ਕੰਟਰੀ ਛੱਡਣੀ ਪੈਂਦੀ ਸੀ ਵਰਕ ਪਰਮਿਟ ਲੈਣ ਵਾਸਤੇ ਸੋ ਹੁਣ ਉਹ ਜ ਬੋਸ ਲੋਗ ਦਾ ਸਟੈਟਸ ਹੈ ਹੀ ਨਹੀਂ ਹਾਂਜੀ ਕੀ ਉਹਨਾਂ ਨੂੰ ਵਾਪਸ ਜਾਣਾ ਪਏਗਾ ਅ ਦੇਖੋ ਜੀ ਜਿਹੜੀ ਸਰਕਾਰ ਨੇ ਨਵੇਂ ਰੂਲ ਦੇ ਅਨਸਾਰ 30 ਜਨਵਰੀ ਜਿਹੜੀ 2020 ਨੂੰ ਵਿੱਚ ਉਹਨਾਂ ਨੇ ਲਿਖਿਆ ਸੀਗੇ ਵੀ ਜਿਹੜੇ ਲੋਕ 30 ਜਨਵਰੀ 2020 ਤੋਂ ਬਾਅਦ ਆਊਟ ਆਫ ਸਟੈਟਸ ਹੋ ਚੁੱਕੇ ਨੇ ਜੇ ਉਹਨਾਂ ਦੇ ਕੋਲ ਸਟਡੀ ਪਰਮਿਟ ਸੀ ਵਰਕ ਪਰਮਿਟ ਸੀ ਵਿਜ਼ਿਟਰ ਸੀਗੇ ਉਹਨਾਂ ਨੂੰ ਸਰਕਾਰ ਨੇ 30 ਦਸੰਬਰ 2020 ਤੱਕ ਦਾ ਸਮਾਂ ਦੇ ਦਿੱਤਾ ਹੈ ਉਹਨਾਂ ਨੇ ਕਿਹਾ ਵੀ ਤੁਸੀਂ ਉਹਦੇ ਸਮੇਂ ਦੌਰਾਨ ਤੁਸੀਂ ਆਪ ਦੀ ਉਸ ਸਟੇਟਸ ਨੂੰ ਵਧਾਉਣ ਦੀ ਐਪਲੀਕੇਸ਼ਨ ਲਾ ਸਕਦੇ ਹੋ ਸੋ ਜੇ ਤੁਸੀਂ 30 ਜਨਵਰੀ 2020 ਤੋਂ ਪਹਿਲਾਂ ਆਊਟ ਆਫ ਸਟੇਟਸ ਹੋ ਤੁਸੀਂ ਇਸ ਆ ਦੇ ਅੰਡਰ ਨਹੀਂ ਆਉਂਦੇ ਸੋ ਉਹਨਾਂ ਵਾਸਤੇ ਫਿਰ ਇੱਕ ਟੀ ਆਰ ਪੀ ਦੀ ਐਪਲੀਕੇਸ਼ਨ ਹੁੰਦੀ ਹੈ ਜਿਹਨੂੰ ਕਹੇ ਜਾਂਦਾ ਟੈਂਪਰੀ ਰੈਜ਼ੀਡੈਂਟ ਪਰਮਿਟ ਸੋ ਉਹ ਜਿਹੜੀ ਐਪਲੀਕੇਸ਼ਨ ਹੁੰਦੀ ਹੈ ਤੁਸੀਂ ਉਸ ਐਪਲੀਕੇਸ਼ਨ ਦੇ ਵਿੱਚ ਤੁਸੀਂ ਆਪ ਦਾ ਕਾਰਨ ਦੱਸਦੇ ਹੋ ਵੀ ਮੈਂ ਕਿਸ ਕਾਰਨ ਕਰਕੇ ਆਊਟ ਆਫ ਸਟੇਟਸ ਹੋਇਆ ਤੇ ਤੁਸੀਂ ਉਹਦੇ ਚ ਆਪਣੀ ਦੁਆਰ ਤੋਂ ਇੱਕ ਡਿਮਾਂਡ ਰੱਖਦੇ ਹੋ ਵੀ ਮੈਨੂੰ ਉਸ ਸਟੇਟਸ ਦੇ ਵਿੱਚ ਲਿਆਂਦਾ ਜਾਵੇ ਤਾਂ ਮੈਂ ਉਸ ਸਟੇਟਸ ਦੇ ਵਿੱਚ ਆ ਕੇ ਭਾਵੇਂ ਉਹ ਵਰਕ ਪਰਮਿਟ ਦਾ ਹੋਵੇ ਸਟੱਡੀ ਪਰਮਿਟ ਦਾ ਹੋਵੇ ਭਾਵੇਂ ਵਿਜ਼ਟਰ ਦਾ ਹੋਵੇ ਸੋ ਤੁਸੀਂ ਟੀਆਰਪੀ ਦੀ ਅਪਲੀਕੇਸ਼ਨ ਜਿਹੜੀ ਹੈ ਉਹ ਲਾ ਸਕਦੇ ਅਮਰਦੀਪ ਜੀ ਕੀ ਸਟੂਡੈਂਟ ਵੀਜ਼ੇ ਤੇ ਹੁਣ ਵੀ ਲੋਕ ਆ ਰਹੇ ਨੇ ਆ ਸਕਦੇ ਦੇਖੋ ਜੀ ਜਿਹੜੀ ਨਵੀਂ ਅਪਡੇਟ ਆਈ ਹੈ ਵੀ ਜਿਨ੍ਹਾਂ ਦੇ ਬੱਚਿਆਂ ਦੇ ਪਹਿਲਾਂ ਸਟੱਡੀ ਵੀਜ਼ੇ ਲੱਗੇ ਹੋਏ ਸੀਗੇ ਸੋ ਉਹ ਜਿਹੜੇ ਬੱਚੇ ਨੇ ਜੋ ਹੁਣ ਅਕਤੂਬਰ ਤੋਂ ਇਸ ਮਹੀਨੇ ਤੋਂ ਹੁਣ ਉਹਨਾਂ ਨੇ ਇੱਥੇ 20 ਤਰੀਕ ਤੋਂ ਬਾਅਦ ਉਹ ਆਪ ਦਾ ਆ ਸਕਦੇ ਨੇ ਜੇ ਉਹਨਾਂ ਦਾ ਜਿਹੜਾ ਕਾਲਜ ਹੈ ਜਾਂ ਸਕੂਲ ਹੈ ਜਿੱਥੇ ਵੀ ਉਹਨਾਂ ਨੇ ਆਉਣਾ ਹੈ ਸੋ ਉਹਨਾਂ ਦੀ ਜਿਹੜੀ ਕੋਵਿਡ ਦੀ ਜਿਹੜੀ ਗਾਈਡਲਾਈਨਸ ਨੇ ਉਸ ਕਾਲਜ ਦੇ ਕੋਲੋਂ ਹੋਣ ਪੂਰੀਆਂ ਕੰਪਲੀਟ ਹੋਣ ਅਪਰੂਵਡ ਹੋਵੇ ਤਾਂ ਉਹ ਲੈਟਰ ਜਿਹੜੀ ਹੈ ਕਾਲਜ ਉਹਨਾਂ ਨੂੰ ਦਿੰਦਾ ਹੈ ਤਾਂ ਉਹ ਉਹ ਇੱਥੇ ਕੈਨੇਡਾ ਆ ਸਕਦੇ ਨੇ ਉਸ ਦਾ ਕੀ ਕਾਰਨ ਕਿ ਬਹੁਤ ਸਾਰੇ ਸਟੂਡੈਂਟ ਇੱਥੇ ਆਏ 에어ਪੋਰਟ ਤੋਂ ਉਹਨਾਂ ਨੂੰ ਵਾਪਸ ਕਰ ਦਿੱਤਾ ਗਿਆ ਹਾਂ ਜੀ ਕਿਉਂਕਿ ਜਿਹੜੇ ਉਹ ਸਟੂਡੈਂਟ ਸੀਗੇ ਜੀ ਉਹਨਾਂ ਦੀ ਜਿਹੜੀ ਪੜ੍ਹਾਈ ਸੀਗੀ ਉਹ ਥਿਉਰੀ ਜ਼ਿਆਦਾ ਸੀਗੀ ਪ੍ਰੈਕਟੀਕਲ ਨਹੀਂ ਸੀਗਾ ਸੋ ਜਿਨ੍ਹਾਂ ਬੱਚਿਆਂ ਦੀ ਪੜ੍ਹਾਈ ਪ੍ਰੈਕਟੀਕਲ ਹੈ ਜੇ ਅੱਜ ਤੁਸੀਂ ਕੰਪਿਊਟਰ ਦੇ ਫੀਲਡ ਦੇ ਵਿੱਚ ਪੜ੍ਹਦੇ ਹੋ ਤਾਂ ਤੁਹਾਨੂੰ ਇੱਕ ਸਰਟਨ ਅਮਾਉਂਟ ਦੀ ਕੰਪਿਊਟਰ ਦੀ ਆਈਟੀ ਦੀ ਨੈਟ ਇੰਟਰਨੈਟ ਦੀ ਸਪੀਡ ਚਾਹੀਦੀ ਹੈ ਤਾਂ ਜੇਕਰ ਤੁਸੀਂ ਇਲਾਕੇ ਨੂੰ ਬਿਲੋਂਗ ਕਰਦੇ ਹੋ ਜੇ 19 ਸਪੀਡ ਉਸ ਇਲਾਕੇ ਦੇ ਵਿੱਚ ਨਹੀਂ ਆਂਦੀ ਤੇ ਤੁਸੀਂ ਆਪਣੇ ਇਮੀਗ੍ਰੇਸ਼ਨ ਨੂੰ ਤੁਸੀਂ ਆਪਦੇ ਕਾਲਜ ਨੂੰ ਉਹ ਰਿਕੁਐਸਟ ਪਾ ਕੇ ਕਿਉਂਕਿ ਤੁਸੀਂ ਫਿਰ ਆਪਣੇ ਮੁਲਕ 'ਚ ਬਹਿ ਕੇ ਆਨਲਾਈਨ ਸਟੱਡੀ ਨਹੀਂ ਕਰ ਸਕਦੇ ਫਿਰ ਤੁਸੀਂ ਇੱਥੇ ਉਹਨ ਕਿ ਤੁਹਾਨੂੰ ਇੱਕ ਲੈਟਰ ਮਿਲ ਜਾਈਏ ਕਾਲਜ ਵੱਲੋਂ ਤਾਂ ਤੁਸੀਂ ਉਹ ਲੈਟਰ ਇਮੀਗ੍ਰੇਸ਼ਨ ਨੂੰ ਦਿਖਾ ਕੇ ਤੁਸੀਂ ਆ ਸਕਦੇ ਹੋ ਆਫਿਸ ਦਾ ਫੋਨ ਨੰਬਰ ਦੇ ਦਿਆ ਤੁਹਾਡੇ ਨਾਲ ਕਿੱਦਾਂ ਬਹੁਤ سارے ਲੋਕ ਜਦੋਂ ਵੀ ਸੋਚਦੇ ਨੇ ਕਿ ਅਸੀਂ ਐਪਲੀਕੇਸ਼ਨ ਆਪ ਹੀ ਭਰ ਦੇ ਹਾਂਜੀ ਤਾਂ ਆਪ ਐਪਲੀਕੇਸ਼ਨ ਭਰੀ ਹੋਈ ਜਿਹੜੀ ਹੈ ਉਹਨਾਂ ਦਾ ਕੇਸ ਖਰਾਬ ਹੋ ਸਕਦਾ ਹਾਂਜੀ ਉਹਨਾਂ ਲੋਕਾਂ ਨੂੰ ਤੁਸੀਂ ਕੀ ਸਲਾਹ ਦੇਣਾ ਚਾਹੁੰਦੇ ਹਾਂਜੀ देखो ਜਿਹੜੀ ਐਪਲੀਕੇਸ਼ਨ ਭਰਨੀ ਆ ਇੱਕ 12ਵੀਂ ਕਲਾਸ ਦਾ ਬੱਚਾ ਵੀ ਭਰ ਸਕਦਾ ਐ ਏਡੀ ਕੋਈ ਬੜੀ ਗੱਲ ਨਹੀਂ ਬਟ ਉਸ ਐਪਲੀਕੇਸ਼ਨ ਦੇ ਵਿੱਚ ਤੁਸੀਂ ਉਸ ਨੂੰ ਅਪਰੂਵ ਕਰਾਉਣ ਵਾਸਤੇ ਜਿਹੜੇ ਉਹਦੇ ਸਰਕਮਸਟੈਂਸਸ ਨੇ ਤੁਸੀਂ ਉਹਨੂੰ ਕਿਦਾਂ ਬਿਲਡ ਅਪ ਕਰਨਾ ਇੱਕ ਪ੍ਰੋਫੈਸ਼ਨਲ ਹੀ ਦੱਸ ਸਕਦਾ ਜੇ ਤੁਸੀਂ ਅਜ ਡਿਸਟਰਬਿਡ ਦੀ ਐਪਲੀਕੇਸ਼ਨ ਦੇਖਦੇ ਹੋ ਤਿੰਨ ਚਾਰ ਪੇਜਾਂ ਦੀ ਐਪਲੀਕੇਸ਼ਨ ਆ ਕੋਈ ਵੀ ਭਰ ਸਕਦਾ ਬਟ ਤੁਸੀਂ ਇਹ ਕਿਸ ਤਰ੍ਹਾਂ ਦਿਖਾਉਣਾ ਹੈ ਵੀ ਉਹ ਇਨਸਾਨ ਭਾਰਤ ਨੂੰ ਜਾਂ ਆਪਣੇ ਜਿਸ ਮੁਲਕ ਤੋਂ ਅਪਲਾਈ ਕਰ ਰਿਹਾ ਉਹ ਵਾਪਸ ਕਿਉਂ ਜਾਊਗਾ ਉਹਦੇ ਕੀ ਉੱਥੇ ਸਰਕਮਸਟੈਂਸਸ ਨੇ ਵੀ ਅੱਜ ਜੋ ਇਸ ਮੁਲਕ ਦੇ ਵਿੱਚ ਹਫ਼ਤੇ ਤੋਂ ਹਫ਼ਤੇ ਲਈ ਆਉਣਾ ਚਾਹੁੰਦਾ ਹੈ ਤੇ ਉਹ ਵਾਪਸ ਸੋ ਉਹ ਜਿਹੜੀਆਂ ਚੀਜ਼ਾਂ ਨੇ ਉਹ ਇੱਕ ਪ੍ਰੋਫੈਸ਼ਨਲੀ ਤੁਹਾਨੂੰ ਦੱਸ ਸਕਦਾ ਅਮਰਦੀਪ ਜੀ ਸੁਣੀ ਬੱਚਾ ਸਾਡਾ ਸਾਜ ਭਾਈ ਤੁਹਾਡੇ ਬਹੁਤ ਬਹੁਤ ਧੰਨਵਾਦ ਆਪਣਾ ਫੋਨ ਨੰਬਰ ਦੇ ਦਿਓ ਹਾਂਜੀ ਆ ਸਾਡਾ ਫੋਨ ਨੰਬਰ ਹੈ ਜੀ 4166740009 ਤੁਸੀਂ ਆਫਿਸ ਦੇ ਵਿੱਚ ਕਾਲ ਕਰਕੇ ਅਪਾਇੰਟਮੈਂਟ ਬਣਾ ਕੇ ਮਿਲ ਸਕਦੇ ਹੋ ਤੁਸੀਂ ਮੈਨੂੰ ਪਰਸਨਲੀ ਕਾਲ ਕਰ ਸਕਦੇ ਹੋ 6472970968 ਤੁਸੀਂ ਮੇਰੇ ਸਾਥੀ ਰਵੀ ਨੂੰ ਕਾਲ ਕਰ ਸਕਦੇ ਹੋ 647980214 ਬਾਬ ਜੀ ਤੁਹਾਡਾ ਧੰਨਵਾਦ ਨੋਪਾ ਥੈਂਕ ਯੂ ਸੋ ਮਚ ਐਸਾਨਾ ਸਕਾਈ ਇਮੀਗ੍ਰੇਸ਼ਨ ਸਕਾਈ ਮੀਕਸ ਦਾ ਨੰਬਰ ਹੈ ਮਰਦੀਪ ਦਾ 6472970968